ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਪਾਰਟੀਆਂ ਆਪਣੀਆਂ ਤਿਆਰੀਆਂ ਖਿੱਚ ਲਈਆਂ ਗਈਆਂ ਨੇ ਤਾਂ ਉੱਥੇ ਚੋਣ ਕਮਿਸ਼ਨ ਵੱਲੋਂ ਵੀ ਇਸ ਨੂੰ ਲੈ ਕੇ ਪੂਰੀ ਸਖਤੀ ਵਰਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਪੰਜਾਬ ਚੋਣ ਕਮਿਸ਼ਨ ਵੱਲੋਂ ਚੰਡੀਗੜ੍ਹ 'ਚ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਜਿਸ 'ਚ ਦੋ ਮੁੱਖ ਏਜੰਡੇ ਚੋਣਾਂ ਨੂੰ ਲੈ ਕੇ ਰੱਖੇ ਗਏ ਜਿਨ੍ਹਾਂ 'ਚੋਂ ਇੱਕ ਟ੍ਰਾਂਸਫਰ ਪਾਲਿਸੀ ਅਤੇ ਦੂਜਾ ਉਮੀਦਵਾਰਾਂ ਦੇ ਕ੍ਰਿਮੀਨਲ ਰਿਕਾਰਡ ਦੇ ਬਾਰੇ 'ਚ ਸੀ। ਅੱਛਾ, ਅੱਜ ਦੀ ਪ੍ਰੈਸ ਕਾਨਫਰੰਸ ਦੋ ਏਜੰਡਾ ਪੁਆਇੰਟਸ ਨੂੰ ਸਾਹਮਣੇ ਰੱਖਦੇ ਹੋਏ ਕੀ ਗਈ ਹੈ। ਇੱਕ ਹੈ ਟ੍ਰਾਂਸਫਰ ਪਾਲਿਸੀ ਆਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਸੈਕੰਡ ਕ੍ਰਿਮੀਨਲ ਐਂਟੀਸੀਡੈਂਟਸ ਆਫ ਦੀ ਕੈਂਡੀਡੇਟਸ ਹੂ ਆਰ ਗੋਇੰਗ ਟੂ ਕੰਡਕਟ ਕੰਟੈਸਟ ਇਲੈਕਸ਼ਨਸ ਇਦਰ ਇੰਡੀਪੈਂਡੈਂਟ ਆਰ ਫਰੋਮ ਦੀ ਪੋਲੀਟੀਕਲ ਪਾਰਟੀਜ਼। ਅਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਦੋ ਏਜੰਡਿਆਂ ਦਾ ਮਕਸਦ ਕੀ ਹੈ। ਟ੍ਰਾਂਸਫਰ ਪਾਲਿਸੀ ਦਾ ਮਕਸਦ ਇਹ ਹੈ ਕਿ ਕੋਈ ਵੀ ਅਧਿਕਾਰੀ, ਚਾਹੇ ASI ਲੈਵਲ ਦਾ ਪੁਲਿਸ ਅਧਿਕਾਰੀ ਹੋਵੇ ਜਾਂ ਚੋਣ ਕਮਿਸ਼ਨ ਦਾ ਅਧਿਕਾਰੀ ਹੋਵੇ, ਉਹ ਉਸ ਜ਼ਿਲ੍ਹੇ ਦਾ ਨਹੀਂ ਹੋ ਸਕਦਾ ਜਿੱਥੇ ਚੋਣਾਂ ਹੋ ਰਹੀਆਂ ਨੇ। ਅਤੇ ਜੇ ਦੂਜੇ ਏਜੰਡੇ ਉਮੀਦਵਾਰਾਂ ਦੇ ਕ੍ਰਿਮੀਨਲ ਰਿਕਾਰਡ ਦੀ ਗੱਲ ਕਰੀਏ ਤਾਂ ਇਸ ਦੇ ਤਹਿਤ ਲੋਕ ਸਭਾ ਚੋਣਾਂ 'ਚ ਹਿੱਸਾ ਲੈਣ ਵਾਲੇ ਸਾਰੇ ਉਮੀਦਵਾਰ ਨੂੰ ਜਿਨ੍ਹਾਂ ਖਿਲਾਫ਼ ਕੋਈ ਕ੍ਰਿਮੀਨਲ ਕੇਸ ਚੱਲ ਰਿਹਾ ਹੈ, ਉਹਨਾਂ ਨੂੰ ਇਸ ਦੀ ਜਾਣਕਾਰੀ ਅਖ਼ਬਾਰ ਇਲੈਕਟ੍ਰੋਨਿਕ ਮੀਡੀਆ 'ਚ 3 ਵਾਰ ਦੇਣੀ ਹੋਵੇਗੀ। ਅਤੇ ਨਾਲ ਹੀ ਉਮੀਦਵਾਰਾਂ ਨੂੰ ਆਪਣੇ ਕ੍ਰਿਮੀਨਲ ਕੇਸ ਦੀ ਜਾਣਕਾਰੀ ਆਪਣੀ ਪਾਰਟੀ ਨੂੰ ਵੀ ਦੇਣੀ ਹੋਵੇਗੀ ਅਤੇ ਨਾਲ ਹੀ ਚੋਣ ਕਮਿਸ਼ਨ ਨੂੰ ਵੀ ਇਹ ਜਾਣਕਾਰੀ ਦੇਣੀ ਪਵੇਗੀ। ਦੂਸਰਾ ਏਜੰਡਾ ਹੈ ਕੈਂਡੀਡੇਟਸ ਆਪਣਾ ਕ੍ਰਿਮੀਨਲ ਰਿਕਾਰਡ, ਕ੍ਰਿਮੀਨਲ ਐਂਟੀਸੀਡੈਂਟਸ ਕਾ ਰਿਕਾਰਡ ਲੋਕੋਂ ਕੇ ਸਾਹਮਣੇ ਰੱਖਣਾ ਹੈ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਇੱਕ ਫਾਰਮੇਟ 26 ਪ੍ਰਿਸਕ੍ਰਾਈਬ ਕੀ ਗਏ ਹੈ। ਇਸ ਮੇ ਐਂਟਾਇਰ ਡਿਟੇਲ ਕੈਂਡੀਡੇਟਸ ਕੀ ਤਰਫ ਸੇ ਦੇਣਾ ਹੈ, ਉਸ ਮੇ ਪੈਂਡਿੰਗ ਕੇਸਿਸ ਕੀ ਬਤਾਨਾ ਚਾਹੀਏ ਜਾਂ ਡਿਸਾਈਡ ਹੋ ਗਿਆ ਕੇਸਿਸ ਉਹ ਵੀ ਬਤਾਨਾ ਚਾਹੀਏ, ਔਰ 3 ਵਾਰ ਉਹ ਅਖਬਾਰ ਦੇ ਜਾਂ ਇਲੈਕਟ੍ਰੋਨਿਕ ਮੀਡੀਆ ਦੇ ਮੀਡੀਆ ਮੇ ਦੇਣਾ ਚਾਹੀਏ ਤਾਂ ਕਿ ਉਸ ਕੰਸਟੀਟੈਂਸੀ ਮੇ ਲੋਕੋਂ ਕੀ ਇਨਫਾਰਮੇਸ਼ਨ ਕੰਪਲੀਟ ਪਤਾ ਚੱਲ ਜਾਣਾ ਚਾਹੀਏ ਤਾਂ ਕਿ ਇਲੈਕਟੋਰੇਟ ਆਪਣਾ ਵੋਟ ਇਨਫਾਰਮੇਸ਼ਨ ਕੀ ਆਧਾਰ ਤੇ ਆਪਣਾ ਵੋਟਿੰਗ ਐਕਸਰਸਾਈਜ਼ ਕਰੇਂਗੇ। ਇਸ ਮੇ ਕਲੈਰਿਟੀ ਇਹ ਹੈ ਕੋਈ ਵੀ ਕ੍ਰਿਮੀਨਲ ਕੇਸਿਸ ਹੈ ਉਹ ਆਪਣਾ ਕਲੈਰਿਟੀ ਐਂਟਾਇਰ ਡਿਟੇਲ ਦੇਣਾ ਹੈ, ਕੈਂਡੀਡੇਟ ਵੀ ਦੇਣਾ ਹੈ, ਪੋਲੀਟੀਕਲ ਕੈਂਡੀਡੇਟ ਪੋਲੀਟੀਕਲ ਪਾਰਟੀਜ਼ ਕੋ ਵੀ ਇਨਫਾਰਮ ਕਰਨਾ ਹੈ, ਪੋਲੀਟੀਕਲ ਪਾਰਟੀਜ਼ ਆਪਣਾ ਡੇਟਾ ਕੰਪਲੀਟ ਕਰਕੇ CEO ਆਫਿਸ ਨੂੰ ਕੋ ਵੀ ਦੇਣਾ ਹੈ, CEO ਆਫਿਸ ਡੇਟਾ ਕੰਪਾਇਲ ਕਰਕੇ ਫਿਰ ਇਲੈਕਸ਼ਨ ਕਮਿਸ਼ਨ ਕੋ ਭੇਜਣਾ ਹੈ। ਦੱਸਦੇ ਕਿ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਇਸ ਵਾਰ ਕੋਈ ਲਾਪਰਵਾਹੀ ਨਹੀਂ ਵਰਤਣਾ ਚਾਹ ਰਿਹਾ। ਇਸ ਦੇ ਲਈ ਚੋਣ ਕਮਿਸ਼ਨ ਪਹਿਲੀ ਵਾਰ ਅਜਿਹਾ ਪਰਫਾਰਮਾ ਲੈ ਕੇ ਆਇਆ ਹੈ। ਚੰਡੀਗੜ੍ਹ ਤੋਂ ਸੁਮੀਤ ਜੋਸ਼ੀ ਦੀ ਰਿਪੋਰਟ, ਲਿਵਿੰਗ ਇੰਡੀਆ ਨਿਊਜ਼, ਪੰਜਾਬ।